ਕੁਰੈਸ ਸਾਹਿਬ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਹਾਰਦਿਕ ਵੈਲਕਮ ਵੀ ਕਰਦਾ ਹਾਂ ਇਸ ਕਾਲਜ ਦੇ ਵਿੱਚ, ਇਸ ਹਾਲ ਵਿੱਚ। ਥੈਂਕ ਯੂ ਸਰ। ਮੇਰੇ ਪਿਆਰੇ ਪੰਜਾਬੀ ਵੀਰੋ ਅਤੇ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਵਾਸਤੇ ਕੋਈ ਖੁਸ਼ਖਬਰੀ ਲੈ ਕੇ ਹਾਜ਼ਰ ਨਹੀਂ ਹੋਇਆ, ਖਬਰ ਬੁਰੀ ਹੈ। ਤੁਹਾਨੂੰ ਪਤਾ ਕਿ ਪਿਛਲੇ ਸਾਲ ਹੀ ਸਰਕਾਰੀ ਮੁਲਾਜ਼ਮਾਂ ਨੇ ਘਰ ਘਰ ਜਾ ਕੇ ਜੀਆਂ ਦੀ ਗਿਣਤੀ ਕੀਤੀ। ਇਹ ਮਰਦਮਸ਼ੁਮਾਰੀ ਜਾਂ ਜਨਗਣਨਾ, ਜਿਹਨੂੰ ਤੁਸੀਂ ਅੱਜ ਕੱਲ੍ਹ ਕਹਿੰਦੇ ਹੋ, ਜਾਂ ਸੈਂਸਸ, ਪੂਰੀ ਦੁਨੀਆ ਵਿੱਚ 10 ਸਾਲ ਬਾਅਦ ਹੁੰਦੀ ਹੈ ਭਾਈ। ਇਹਦਾ ਨਤੀਜਾ ਆ ਗਿਆ ਜੀ। ਇਹ ਦੱਸਦਾ ਕਿ ਪੰਜਾਬੀ ਲੋਕਾਂ ਦਾ ਵਾਧਾ, ਵਾਧੇ ਦੀ ਦਰ, ਵਾਧੇ ਦੀ ਸਪੀਡ ਬਹੁਤ ਹੀ ਘੱਟ ਹੈ। ਦੂਸਰੇ ਪਾਸੇ ਆ ਹਿੰਦੀ ਬੋਲਣ ਵਾਲੇ ਜਿਹੜੇ ਹਿੰਦੁਸਤਾਨੀਆਂ ਦੀ ਵਧਣ ਦੀ ਦਰ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ। ਇਸ ਦਾ ਮਤਲਬ 30 ਸਾਲ ਬਾਅਦ ਪੰਜਾਬ ਅਤੇ ਸੂਰਬੀਰ ਲੋਕ ਖੁਦ ਪੰਜਾਬ ਵਿੱਚ ਹੀ ਘੱਟ ਗਿਣਤੀ 'ਚ ਹੋ ਜਾਣਗੇ। ਜਿਹਦਾ ਮਤਲਬ ਹੈ ਯਾਨੀ ਬਹੁ ਗਿਣਤੀ ਜਿਹੜੇ ਬਾਹਰੋਂ ਜਿਹੜੇ ਮਜ਼ਦੂਰ ਆ ਰਹੇ ਨੇ, ਜਿਹਨਾਂ ਨੂੰ ਤੁਸੀਂ ਭਈਏ ਕਹਿੰਦੇ ਹੋ, ਉਹਨਾਂ ਦੀ ਹੋ ਜਾਊਗੀ। ਕਿਉਂਕਿ ਮਸਲਾ ਵੋਟਾਂ ਦਾ ਹੁੰਦਾ, ਜਿਹੜਾ ਰਾਜ ਹੈ ਉਹ ਵੋਟਾਂ ਦੇ ਸਿਰ 'ਤੇ ਹੁੰਦਾ। ਬਹੁ ਗਿਣਤੀ ਹੋਣ ਦਾ ਮਤਲਬ ਇਹ ਹੈ ਕਿ ਜਿਹੜੀ ਕੌਮ ਦੀ ਬਹੁ ਗਿਣਤੀ ਹੋਏ ਉਹ ਫਿਰ ਆਪਣਾ ਹੀ MLA ਚੁਣਦੀ ਹੈ ਅਤੇ ਫਿਰ ਉਹਨਾਂ ਦਾ ਹੀ ਭਾਈ ਮੁੱਖ ਮੰਤਰੀ ਬਣਦਾ ਹੈ। ਅਤੇ ਜੇ ਇਸ ਰੁਝਾਨ ਨੂੰ ਨਾ ਬਦਲਿਆ ਗਿਆ, ਕਹਿਣ ਤੋਂ ਭਾਵ ਜਿਹੜਾ ਸਾਡਾ ਵਾਧੇ ਦੀ ਦਰ ਘੱਟ ਹੈ, ਜੇ ਇਹ ਵਧਾਈ ਨਾ ਗਈ ਤਾਂ ਭਾਈ ਜਿਵੇਂ ਮੈਂ ਅਰਜ਼ ਕੀਤੀ ਹੈ ਕਿ 30 ਸਾਲਾਂ ਬਾਅਦ ਇੱਥੇ ਪੰਜਾਬ ਦੇ ਲੋਕ ਘੱਟ ਗਿਣਤੀ 'ਚ ਹੋ ਜਾਣਗੇ ਅਤੇ ਰਾਜ ਫਿਰ ਉਹਨਾਂ ਉਹ ਗਰੀਬ ਮਜ਼ਦੂਰ ਭਈਆਂ ਦਾ ਹੋ ਜਾਏਗਾ ਅਤੇ ਫਿਰ ਭਾਈ ਸੱਭਿਆਚਾਰ ਵੀ ਉਹਨਾਂ ਨੇ ਆਪਣਾ ਹੀ ਲਾਗੂ ਕਰ ਦੇਣਾ। ਉਹੀ ਉਹ ਲਾਲੂ ਪ੍ਰਸ਼ਾਦ ਵਾਲਾ ਸੱਭਿਆਚਾਰ ਤੁਹਾਡੇ ਪੰਜਾਬ ਵਿੱਚ ਲਾਗੂ ਹੋ ਜਾਊਗਾ। ਤੁਹਾਡਾ ਪਿਆਰਾ ਪੰਜਾਬ ਜਿਵੇਂ ਮੈਂ ਅਰਜ਼ ਕੀਤੀ ਹੈ ਕਿ ਗਰਕਣ ਵੱਲ ਵੱਧ ਰਿਹਾ ਜੀ। ਇਹ ਚਮਕ ਦਮਕ ਨਾ ਦੇਖੋ, ਇਹ ਕਾਰਾਂ ਨਾ ਦੇਖੋ, ਇਹ ਕੋਠੀਆਂ ਨਾ ਦੇਖੋ, ਪੰਜਾਬੀਅਤ ਦੀ ਗਿਰਾਵਟ, ਇਹਦਾ ਗਰਕਣਾ ਬੜਾ ਸਪਸ਼ਟ ਨਜ਼ਰ ਆ ਰਿਹਾ। ਇੱਕ ਹੋਰ ਵੀ ਬੁਰੀ ਖਬਰ ਹੈ, ਪੰਜਾਬ ਵਿੱਚ ਮੋਟਾਪਾ, ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਅਟੈਕ, ਗੁਰਦੇ ਫੇਲ, ਗੋਡੇ ਫੇਲ, ਨਮਰਦੀ ਅਤੇ ਜਨਾਨੀਆਂ 'ਚ ਭਾਈ ਬਾਝਪਣ ਬਹੁਤ ਵੱਧ ਰਿਹਾ ਜੀ। ਤੁਸੀਂ ਕਹੋਗੇ ਕਿ ਆਹ ਕਲਹਿਣਾ ਜਿਹਾ ਭਾਈ ਕੀ ਬੋਲ ਰਿਹਾ, ਇਹਨੂੰ ਬੰਦ ਕਰੋ। ਨਹੀਂ ਭਾਈ, ਨਹੀਂ, ਮੇਰੀ ਧੀ ਨੂੰ, ਮੇਰੇ ਪੁੱਤਰਾਂ ਨੂੰ, ਤੁਹਾਨੂੰ ਸਭ ਨੂੰ ਮੇਰੀ ਗੱਲ ਸੁਣਨੀ ਪਊਗੀ। ਤੁਸੀਂ ਨਾਚ ਗਾਣਾ ਤਾਂ ਰੋਜ਼ ਇੱਥੇ ਸੁਣਦੇ ਹੀ ਰਹਿੰਦੇ ਹੋ, ਜਰਾ ਇਹ ਵੀ ਸੁਣੋ, ਜਰਾ ਆਪਣੀ ਕਹਾਣੀ ਵੀ ਸੁਣੋ। ਕਿਉਂਕਿ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਉਹ ਘਰ ਘਰ ਦੀ ਹੈ, ਜੀ ਜੀ ਦੀ ਹੈ, ਤੁਹਾਡੀ ਆਪਣੀ ਜ਼ਿੰਦਗੀ ਦੀ ਹੈ, ਸਮਾਜ ਦੀ ਹੈ। ਸੋ ਧਿਆਨ ਨਾਲ ਸੁਣੋ, ਇਹ ਗੱਲਾਂ ਤੁਹਾਡਾ ਜੀਵਨ ਬਦਲ ਦੇਣਗੀਆਂ, ਤੁਹਾਡੇ ਜੀਵਨ ਵਿੱਚ ਰੰਗ ਭਰ ਦੇਣਗੀਆਂ, ਖੁਸ਼ੀਆਂ ਲੈ ਆਉਣਗੀਆਂ। ਕਿਉਂਕਿ ਮੇਰੀ ਗੱਲ ਸੁਣ ਕੇ ਤੁਹਾਡਾ ਦਲਿੰਦਰ ਜਾਂਦਾ ਰਹਿਣਾ ਹੈ, ਤੁਸੀਂ ਝੂਮ ਉੱਠਣਾ, ਤਰੰਗ ਵਿੱਚ ਆ ਜਾਣਾ, ਤੁਸੀਂ ਰੰਗ ਵਿੱਚ ਆ ਜਾਣਾ। ਪਤਾ ਜੇ ਸਰਕਾਰਾਂ ਨੇ ਪਿਛਲੇ 50 ਸਾਲਾਂ ਤੋਂ ਸਾਨੂੰ ਪੰਜਾਬੀਆਂ ਨੂੰ ਮੂਰਖ ਬਣਾਇਆ। ਸਾਨੂੰ ਕਿਹਾ ਗਿਆ ਕਿ ਜੀ ਆਬਾਦੀ ਬਹੁਤ ਹੈ, ਜਿਸ ਕਰਕੇ ਰੁਜ਼ਗਾਰ, ਰੋਟੀ, ਕੱਪੜਾ, ਮਕਾਨ ਜਿਹੀਆਂ ਸਹੂਲਤਾਂ ਦੇਣੀਆਂ ਮੁਸ਼ਕਲ ਨੇ। ਇਸ ਕਰਕੇ ਸਾਨੂੰ ਕਿਹਾ ਗਿਆ ਭਾਈ ਬੱਚੇ ਘੱਟ ਪੈਦਾ ਕਰੋ, ਗੁਣ ਪੈਦਾ ਕਰੋ, ਗਿਣਤੀ ਨਹੀਂ। ਇਹ ਅਸੀਂ ਭੋਲੇ ਪਾ ਸਰਕਾਰਾਂ ਦੀ ਚਾਲ 'ਚ ਆ ਗਏ। ਉਹਦਾ ਨਤੀਜਾ ਇਹ ਨਿਕਲਿਆ ਕਿ ਪੰਜਾਬੀਆਂ ਨੇ, ਭੋਲੇ ਪੰਜਾਬੀਆਂ ਨੇ ਆਪਣੇ ਢਿੱਡ ਵੱਲ ਸੁੱਟੇ, ਜਿਹਦਾ ਨਤੀਜਾ ਤੁਹਾਡੇ ਸਾਹਮਣੇ ਹੈ। ਜਿਵੇਂ ਮੈਂ ਅਰਜ਼ ਕੀਤੀ ਹੈ, ਭਾਵ ਪੰਜਾਬੀਆਂ ਆਪਣੇ ਪਿਆਰੇ ਪੰਜਾਬ 'ਚ ਹੀ
ਘੱਟ ਗਿਣਤੀ 'ਚ ਹੋ ਜਾਣਾ ਅਤੇ ਹੌਲੀ ਹੌਲੀ ਬਸ ਭੋਲਿਓ 30 ਸਾਲ ਬਾਅਦ ਤੁਸੀਂ ਫਿਰ ਆਪਣੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਵਾਸਤੇ ਗਲੇਡੂ ਸੁੱਟਣੇ ਨੇ। ਅੱਜ ਤੁਹਾਨੂੰ ਆ ਬਈਆਂ ਨਾਲ ਹਿੰਦੀ ਬੋਲਣ ਦਾ ਬੜਾ ਸ਼ੌਂਕ ਚੜ੍ਹਦਾ ਵਾ, ਬੜੀ ਹਮਕੀ ਤੁਮਕੀ ਸ਼ੌਂਕ ਨਾਲ ਕਰਦੇ, ਉਦੋਂ ਤੁਹਾਨੂੰ ਪਤਾ ਲੱਗਣਾ ਫਿਰ ਤੁਸੀਂ ਆਪਣੀ ਪੰਜਾਬੀ ਬੋਲੀ ਵਾਸਤੇ ਤਰਸਣਾ ਜਦੋਂ ਰਾਜ ਬਈਆਂ ਦਾ ਹੋ ਗਿਆ। ਇਸ ਸਾਰੇ ਮਸਲੇ 'ਤੇ ਅਸਾਂ ਸੈਂਕੜੇ ਲੋਕਾਂ ਨਾਲ ਗੱਲਾਂ ਕੀਤੀਆਂ ਨੇ, ਮੈਂ ਕੋਈ 1700 ਜਗ੍ਹਾ ਲੈਕਚਰ ਦਿੱਤੇ ਨੇ, ਲੋਕਾਂ ਦੀਆਂ ਗੱਲਾਂ ਸੁਣੀਆਂ ਨੇ, ਲੋਕਾਂ ਨੇ ਦੇ ਸੁਝਾਅ ਸੁਣੇ ਨੇ, ਅਤੇ ਹਰ ਕੋਈ ਆਪਣੀ ਆਪਣੀ ਸੋਚ ਦੇ ਮੁਤਾਬਕ ਇਸ ਚੀਜ਼ ਦਾ ਇਲਾਜ ਦੱਸਣ ਲਿਆ। ਨੰਬਰ 1, ਕੋਈ ਕਹਿੰਦਾ ਜੀ ਪੰਜਾਬ 'ਚ ਬਈਆਂ ਨੂੰ ਦੌੜਨਾ ਹੀ ਬੰਦ ਕਰ ਦਿਓ, ਭਾਈ ਅਜਿਹਾ ਸੋਚਣਾ ਗਲਤ ਆ ਅਤੇ ਗੈਰ ਕਾਨੂੰਨੀ ਜੇ, ਕਿਉਂਕਿ ਅਸੀਂ ਬਈਆਂ ਨੂੰ ਇੱਥੇ ਸੱਦਦੇ ਹਾਂ, ਨਾਲੇ ਅਸੀਂ ਬਈਆਂ ਨੂੰ ਇੱਥੇ ਸੱਦਦੇ ਹਾਂ, ਸਾਨੂੰ ਜ਼ਰੂਰਤ ਹੈ, ਸਾਡਾ ਤਾਂ ਸਾਰਾ ਕਾਰੋਬਾਰ ਹੀ ਉਹਨਾਂ ਦੇ ਸਿਰ 'ਤੇ ਆ, ਕਿਉਂਕਿ ਅਸੀਂ ਤਾਂ ਮਿਹਨਤ ਕਰਨੀ ਛੱਡ ਦਿੱਤੀ ਹੈ, ਅੱਗੇ ਮੈਂ ਜਾ ਕੇ ਦੱਸਾਂਗਾ। ਫਿਰ ਸਾਡਾ ਧਰਮ ਹੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਅਤੇ ਭਾਈ ਨਾ ਹੀ ਕਾਨੂੰਨ ਇਜਾਜ਼ਤ ਦਿੰਦਾ ਜੇ, ਕਿਤੇ ਭੁਲੇਖੇ 'ਚ ਨਾ ਰਿਹੋ, ਅਤੇ ਨਾਲੇ ਭਾਈ ਕੇਂਦਰ 'ਚ ਸਰਕਾਰ ਵੀ ਉਹਨਾਂ ਦੀ ਜੇ, ਨਾਲੇ ਇਹ ਵੀ ਨਾ ਭੁੱਲਿਓ ਕਿ ਕੁਛ ਤੁਹਾਡੇ ਬਈਏ ਵੀ ਬਾਹਰਲੇ ਮੁਲਕਾਂ 'ਚ ਗਏ ਜੇ, ਅਤੇ ਕਈ ਲੋਕਾਂ ਨੇ ਜਿਵੇਂ ਹੁਣ ਅਗਲੇ ਕਈਆਂ ਨੇ ਸਾਨੂੰ ਸਲਾਹ ਦਿੱਤੀ ਵੀ ਦੇਖੋ ਜੀ ਜਿਵੇਂ ਪੰਜਾਬ ਦੇ ਗੁਆਂਢੀ ਸੂਬਿਆਂ 'ਚ ਜਿਵੇਂ ਜੰਮੂ ਕਸ਼ਮੀਰ ਹੈ, ਹਿਮਾਚਲ ਹੈ, ਉੱਤਰਾਖੰਡ, ਰਾਜਸਥਾਨ ਵਿੱਚ ਜਿਵੇਂ ਪੰਜਾਬ ਦੇ ਲੋਕ ਜਾ ਕੇ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ, ਸਾਡੇ ਉੱਥੇ ਖਰੀਦ ਸਕਦੇ ਨੇ ਬਾਹਰ ਦੇ ਆ ਕੇ, ਅਤੇ ਇਹਨਾਂ ਵੀਰਾਂ ਦਾ ਸੁਝਾਅ ਸੀ ਕਿ ਚਲੋ ਜੀ ਗਰੀਬ ਭਈਏ ਨੇ ਆ ਕੇ ਇੱਥੇ ਆਪਣਾ ਕਾਰੋਬਾਰ ਕਰਨ, ਰੁਜ਼ਗਾਰ ਪ੍ਰਾਪਤ ਕਰਨ, ਪਰ ਇਹਨਾਂ ਨੂੰ ਵੋਟ ਦਾ ਪਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ ਜਿਵੇਂ ਬਾਹਰ ਦੇ ਸੂਬਿਆਂ 'ਚ ਹੈ, ਜਾਂ ਫਿਰ ਇਹਨਾਂ ਨੂੰ ਇੱਥੇ ਪੱਕੇ ਵਸਨੀਕ ਬਣਨ ਦਾ ਹੱਕ ਨਹੀਂ ਹੋਣਾ ਚਾਹੀਦਾ, ਇਹਨਾਂ ਨੂੰ ਇਮੂਵੇਬਲ ਪ੍ਰਾਪਰਟੀ ਨਹੀਂ ਖਰੀਦਣ ਦਾ ਹੱਕ ਹੋਣਾ ਚਾਹੀਦਾ, ਜਿਵੇਂ ਜ਼ਮੀਨ ਜਾਇਦਾਦ ਇਹ ਨਾ ਖਰੀਦ ਪਾਉਣ ਜਿਵੇਂ ਬਾਕੀ ਦੇ ਸੂਬਿਆਂ 'ਚ ਹੈ। ਪਰ ਇਹ ਵੈਸੇ ਸੁਝਾਅ ਜਿਹੜਾ ਗੱਲ ਵਿੱਚ ਇਹ ਦਮਦਾਰ ਹੈ, ਪਰ ਇਹ ਹਿੰਮਤ ਨਹੀਂ ਕੋਈ ਕਰ ਸਕਦਾ ਇਹ ਕਾਨੂੰਨ ਬਣਾਉਣ ਦੀ। ਸਾਡੇ ਜਿਹੜੇ ਲੀਡਰ ਨੇ ਇਸ ਵੇਲੇ ਬੜੀ ਦਹਿਸ਼ਤ ਵਿੱਚ ਨੇ, ਪੰਜਾਬ ਦੇ ਲੀਡਰ, ਤੁਹਾਨੂੰ ਪਤਾ ਪਿੱਛੇ ਆ ਸਾਡੇ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ, ਇਹਨੇ ਕਾਨੂੰਨ ਪਾਸ ਕੀਤਾ ਪੰਜਾਬ ਦੇ ਪਾਣੀਆਂ 'ਤੇ, ਅਤੇ ਕੇਂਦਰ ਸਰਕਾਰ ਨੇ ਉਹਦਾ ਜੀਣਾ ਹਰਾਮ ਕਰ ਦਿੱਤਾ ਸੀ, ਖੁਦ ਕਾਂਗਰਸ ਪਾਰਟੀ ਨੇ ਉਹਦਾ ਜਲੂਸ ਕੱਢ ਕੇ ਰੱਖ ਦਿੱਤਾ ਸੀ। ਸੋ ਕੋਈ ਵੀ ਪੰਜਾਬ ਦਾ ਲੀਡਰ ਇਹੋ ਜਿਹਾ ਦੁਰਸਾਹਸ ਨਹੀਂ ਕਰ ਸਕਦਾ, ਸਰਕਾਰ ਉਹਨਾਂ ਦੀ ਜੇ ਭੁਲੇਖੇ 'ਚ ਨਾ ਰਿਹੋ ਕਿ ਜੇ ਕਾਨੂੰਨ ਹਿਮਾਚਲ 'ਚ ਬਣ ਸਕਦਾ ਤਾਂ ਤੁਹਾਡੇ ਪੰਜਾਬ 'ਚ ਹੀ ਬਣ ਜੇ, ਇਹ ਗੱਲ ਨਹੀਂ ਜੇ ਹੋਣੀ। ਗੱਲ ਆਪਾਂ ਪ੍ਰੈਕਟੀਕਲ ਜੀ ਕਰੀਏ, ਕੋਈ ਵਿਵਹਾਰਕ ਗੱਲ ਕਰੀਏ। ਇੱਕ ਗੱਲ ਹੋਰ ਮੈਂ ਤੁਹਾਨੂੰ ਅਰਜ਼ ਕਰਾਂ ਕਿ ਸਪੋਜ਼ਿੰਗ ਉਦਾਹਰਨ ਦੇ ਤੌਰ 'ਤੇ ਅਸੀਂ ਇਹ ਕਾਨੂੰਨ ਬਣਾ ਵੀ ਦਿੰਦੇ ਹਾਂ, ਅਤੇ ਆਂਢ ਗੁਆਂਢ 'ਚ ਜੇ ਆਬਾਦੀ ਸੰਘਣੀ ਆ, ਅਤੇ ਜੇ ਕਿਤੇ ਸਾਡੀ ਆਬਾਦੀ ਘੱਟ ਗਈ ਬਾਕੀ ਦੇ ਆਲੇ ਦੁਆਲੇ ਨਾਲੋਂ, ਅਤੇ ਫਿਰ ਇਹ ਅਸੂਲ ਹੈ ਵੀ ਜਿਸ ਇਲਾਕੇ 'ਚ ਆਬਾਦੀ ਵਿਰਲੀ ਹੋ ਜੇ ਉਹ ਕਿਸੇ ਵੀ ਸੂਰਤ ਵਿੱਚ ਆਜ਼ਾਦ ਨਹੀਂ ਰਹਿ ਸਕਦਾ। ਸੋ ਇਹ ਜਿਹੜੇ ਸੁਝਾਅ ਨੇ ਭਾਈ, ਇਹਨਾਂ 'ਚ ਮੈਨੂੰ ਤਾਂ ਦਮ ਨਹੀਂ ਜੇ ਲੱਗਦਾ ਸਾਡੇ ਵਾਸਤੇ ਜੋ ਅਸੀਂ, ਕਿਉਂਕਿ ਮੈਂ ਤੁਹਾਡਾ ਇਹ ਦੱਸ ਰਿਹਾ, ਪਿਛਲੇ 4 ਸਾਲਾਂ ਤੋਂ ਮੈਂ ਇਸ 'ਤੇ ਕੰਮ ਕਰ ਰਿਹਾ, ਅਤੇ ਹੱਲ ਇਹਦਾ ਇਲਾਜ ਸੌਖਾ ਜਿਹਾ ਕੱਢਿਆ। ਮੈਂ ਨਿਗਾਹ ਮਾਰੀ ਹੈ ਕਿ ਕੁਦਰਤ ਕੀ ਕਰਦੀ ਹੈ, ਇਹੋ ਜਿਹੇ ਮੌਕੇ 'ਚ ਜਦੋਂ ਹਾਲਾਤ ਬਣ ਜਾਣ ਅਤੇ ਕੁਦਰਤ ਦਾ ਨਜ਼ਰੀਆ, ਕੁਦਰਤ ਦਾ ਜਿਹੜਾ ਤਰੀਕਾ ਬੜਾ ਸਿੱਧਾ ਜਿਹਾ ਹੁੰਦਾ, ਉਹਦਾ ਜਿਹੜਾ ਕੁਦਰਤੀ ਲੈਅ ਵਿੱਚ ਆ ਜਾਓ। ਸੋ ਮੈਂ ਪੰਜਾਬੀਆਂ ਨੂੰ ਕੀ ਸੁਝਾਅ ਦਿੰਦਾ, ਕੀ ਇਲਾਜ ਦੱਸਦਾ, ਵੀ ਕੁਦਰਤ ਦੀ ਲੈਅ ਵਿੱਚ ਆ ਜਾਓ।
ਭਾਈ ਹੁਣ ਸਵਾਲ ਉੱਠਦਾ ਹੈ ਵੀ ਕੀ ਪੰਜਾਬੀ ਲੋਕ ਕੁਦਰਤ ਦੀ ਲੈ ਤੋਂ ਬਾਹਰ ਨੇ? ਜੀ ਹਾਂ, ਅਸੀਂ ਲੋਕ ਕੁਦਰਤ ਦੇ ਤੌਰ ਤਰੀਕਿਆਂ ਨੂੰ ਛੱਡ ਚੁੱਕੇ ਹਾਂ ਅਤੇ ਕੁਦਰਤ ਦੇ ਜਿਹੜਾ ਸਹਿ ਸੁਭਾਅ ਜਿਹੜਾ ਇਲਾਜ ਹੁੰਦਾ ਉਹਨੂੰ ਅਸੀਂ ਤਿਆਗ ਕੇ ਅਤੇ ਅਸੀਂ ਇੱਥੇ ਨਕਲੀ ਸੱਭਿਆਚਾਰ ਜਿਹੜਾ ਆਰਟੀਫਿਸ਼ਲ ਜਿਹਾ ਸੱਭਿਆਚਾਰ ਪੈਦਾ ਕਰ ਦਿੱਤਾ। ਮੁੱਕਦੀ ਗੱਲ ਇਹ ਵੀ ਅਸੀਂ ਬੱਚਾ ਨਹੀਂ ਪੈਦਾ ਹੋਣ ਦਿੰਦੇ ਅਤੇ ਸੌਖਾ ਜਿਹਾ ਇਹਦਾ ਇਲਾਜ ਹੈ, ਸਿੱਧਾ ਸਾਦਾ ਇਹਦਾ ਇਲਾਜ ਹੈ ਕਿ ਪੰਜਾਬ ਵਿੱਚ ਬੱਚਾ ਪੈਦਾ ਹੋਣ ਦਿੱਤਾ ਜਾਏ ਅਤੇ ਭਾਈ ਇਸੇ ਇਲਾਜ ਵਿੱਚ ਹੀ ਸਾਰੇ ਸਾਡੇ ਮਸਲਿਆਂ ਦੇ ਹੱਲ ਹੋ ਜਾਣਗੇ। ਜਿਵੇਂ ਇੱਕ ਕਹਾਵਤ ਹੈ ਨਾ ਕਿ ਹਾਥੀ ਦੇ ਪੈਰ ਵਿੱਚ ਸਭ ਦਾ ਪੈਰ, ਇਹਦੇ ਵਿੱਚ ਤੁਹਾਡੀਆਂ ਪੰਜਾਬ ਦੀਆਂ ਬਹੁਤੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸਮਾ ਜਾਣੀਆਂ ਨੇ। ਕਹਿਣ ਤੋਂ ਭਾਵ ਭਾਈ ਜੀ ਪੈਦਾ ਹੋਣ ਦਿਓ, ਬੱਚੇ ਪੈਦਾ ਹੋਣ ਦਿਓ, ਜਿੰਨੇ ਵੀ ਰੱਬ ਜੀ ਭੇਜਦਾ ਉਹਨਾਂ ਨੂੰ ਆਉਣ ਦਿਓ। ਇਹ ਗਿਣਤੀਆਂ ਬਿਣਤੀਆਂ ਨਾ ਕਰੋ ਕਿ ਹਾਏ ਜੀ ਮੇਰੇ ਦੋ ਬੱਚੇ ਹੋ ਗਏ, ਦੂ ਵੱਧ ਨਹੀਂ ਆਉਣ ਦੇਣੇ। ਇਹ ਸੋਚ ਜਿਹੜੀ ਇਹ ਗਲਤ ਹੈ। ਬਾਕੀ ਰਹੀ ਗੱਲ ਇਸ ਮਹਿੰਗਾਈ ਦੇ ਦੌਰ ਵਿੱਚ ਬੱਚੇ ਨੂੰ ਕਿਵੇਂ ਪਾਲਣਾ, ਇਹ ਇਲਾਜ ਮੈਂ ਤੁਹਾਨੂੰ ਦੱਸਦਾ, ਬਸ ਮੈਨੂੰ ਸੁਣਦੇ ਜਾਓ। ਫਿਰ ਤੁਸੀਂ ਕਹੋਗੇ ਕਿ ਸਾਡੀ ਜ਼ਮੀਨ ਥੋੜ੍ਹੀ ਹੈ। ਇਹ ਚੀਜ਼ਾਂ ਦੇ ਜਵਾਬ ਮੈਂ ਲੈ ਕੇ ਆਇਆ ਤੁਹਾਡੇ ਕੋਲ, ਕਿਉਂਕਿ ਮੈਂ ਜਗ੍ਹਾ ਜਗ੍ਹਾ ਲੈਕਚਰ ਦੇ ਚੁੱਕਾ ਹਾਂ, ਮੈਨੂੰ ਇਸ ਚੀਜ਼ ਦਾ ਤਜਰਬਾ। ਜਦੋਂ ਮੈਂ ਗੱਲ ਕਰਦਾ ਤਾਂ ਜਿਹੜੇ ਸਰਕਾਰਾਂ ਨੇ ਲੋਕਾਂ ਨੂੰ ਭੜਕਾ ਤਾ ਸਾਡੇ ਲੋਕਾਂ ਨੂੰ, ਕਿਤੇ ਜਦੋਂ ਮੈਂ ਇਹ ਗੱਲ ਦੱਸਦਾ ਬੱਚਿਆਂ ਵਾਲੀ ਵੀ ਬੱਚੇ ਪੈਦਾ ਹੋਣ ਦਿਓ, ਕਈ ਲੋਕਾਂ ਨੇ ਬੜੇ ਸਖ਼ਤ ਇਤਰਾਜ਼ ਜਤਾਏ ਨੇ ਕਿ ਦੇਖੋ ਜੀ ਪਹਿਲੋਂ ਆਬਾਦੀ ਥੋੜ੍ਹੀ ਹੋ, ਔਰ ਵੇਖੋ ਨਾ ਸ਼ਹਿਰ ਜਾ ਕੇ ਬੰਦੇ ਨਾਲ ਬੰਦਾ ਵੱਜਣ ਡਿਆ। ਮੈਨੂੰ ਕਹਿੰਦੇ ਹੁੰਦੇ ਸੀ ਬਈ ਤੂੰ ਗਲਤ ਗੁੰਮਰਾਹ ਕਰ ਰਿਹਾ ਲੋਕਾਂ ਨੂੰ, ਇੱਥੇ ਤਾਂ ਬੇਰੁਜ਼ਗਾਰਾਂ ਦੀ ਫੌਜ ਖੜੀ ਹੋ ਜਾਊਗੀ। ਕਿਸੇ ਨੇ ਕਿਹਾ ਜੀ ਚੱਜ ਦੇ ਬੱਚੇ ਹੋਣੇ ਚਾਹੀਦੇ ਨੇ, ਐਵੇਂ ਵਗ ਕੀ ਕਰਨੇ ਨੇ, ਐਵੇਂ ਹੇੜਾਂ ਕੀ ਕਰਨੀਆਂ, ਇੰਨੀ ਖੁਰਾਕ ਕਿੱਥੋਂ ਆਊ, ਇਲਾਜ ਕਿੱਥੋਂ ਆਊਗੀ। ਇਹੋ ਜਿਹੇ ਲੋਕਾਂ ਨੇ ਸਵਾਲ ਉਠਾਏ। ਅਸੀਂ ਇਹਨਾਂ ਗੱਲਾਂ ਦੇ ਜਦੋਂ ਜਵਾਬ ਦਿੱਤੇ ਅਤੇ ਬੱਚਿਆਂ ਦੇ ਵਿਰੋਧੀ ਸੱਚ ਜਾਣਿਓ ਲਾਜਵਾਬ ਹੋ ਚੁੱਕੇ ਨੇ। ਅਤੇ ਹੁਣ ਤੱਕ ਜੋ ਕੁਛ ਮੈਂ ਹਾਸਲ ਕੀਤਾ ਸੱਚੀ ਗੱਲ ਜੇ ਇਹ ਸਾਬਤ ਹੋ ਗਿਆ ਕਿ ਸਰਕਾਰਾਂ ਨੇ ਸਾਨੂੰ ਗੁੰਮਰਾਹ ਕੀਤਾ। ਅੱਗੇ ਜਾ ਕੇ ਤੁਸੀਂ ਸੁਣੋਗੇ ਕਿਉਂਕਿ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਹੈਗੇ ਨੇ ਸਾਡੇ ਕੋਲ। ਸੋ ਇਹ ਜ਼ਰੂਰੀ ਹੋ ਗਿਆ ਹੈ ਕਿ ਇਹ ਇੱਕ ਮਹੱਤਵਪੂਰਨ ਮਸਲਾ ਹੈ, ਸਾਡੇ ਹੀ ਪਈ ਜਿੰਦ ਜਾਨ ਦਾ ਮਸਲਾ ਹੈ, ਸਾਡੀ ਸਰਵਾਈਵਲ ਦਾ ਮਸਲਾ। ਇਹ ਮਸਲਾ ਇਹ ਘਰ ਘਰ 'ਤੇ ਇਹ ਸੁਨੇਹਾ ਪਹੁੰਚਣਾ ਚਾਹੀਦਾ, ਸਾਰੇ ਪੰਜਾਬੀਆਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਕਿ ਪੰਜਾਬੀਆਂ 'ਤੇ ਇਹ ਆਫਤ ਆਉਣ ਵਾਲੀ ਹੈ। ਸੋ ਮੇਰੇ ਵੀਰੋ ਅਤੇ ਭੈਣੋ, ਆਓ ਅੱਜ ਆਪਾਂ ਮੌਕਾ ਸਾਂਭ ਲਈਏ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਗੱਲ ਸੁਣਦੇ ਜਾਓ ਅਤੇ ਇਸ ਗੱਲ ਨੂੰ ਅੱਗੇ ਤੋਰੋ ਆਪਣੇ ਹਿਸਾਬ ਨਾਲ। ਭਾਈ ਇਹ ਜ਼ਿੰਮੇਵਾਰੀ ਹਰ ਪੰਜਾਬੀ ਦੀ ਬਣਦੀ ਹੈ, ਇਕੱਲੀ ਮੇਰੀ ਨਿੰਗੀ। ਸੋ ਅੱਜ ਮੌਕਾ ਸਾਂਭ ਲਓ ਸੂਰਬੀਰ ਪੰਜਾਬੀਓ, ਸੁਣਦੇ ਜਾਓ ਕਿ ਆਉਣ ਵਾਲੇ ਸਮੇਂ 'ਚ ਕੀ ਹੋਣ ਜਾ ਰਿਹਾ, ਵੀ ਜਾਂ ਬੱਚਾ ਨਾ ਪੈਦਾ ਹੋਣ ਦੇਣਾ, ਇਸ ਦਾ ਸਾਡੇ ਸਮਾਜ 'ਤੇ ਕੀ ਅਸਰ ਪੈ ਰਿਹਾ ਅਤੇ ਕੀ ਪੈਣਾ, ਇਹ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਤੁਸੀਂ ਕਹਿੰਦੇ ਹੋ ਰੁਜ਼ਗਾਰ ਨਹੀਂ, ਅਸੀਂ ਤੁਹਾਨੂੰ ਲੱਖਾਂ ਨੌਕਰੀਆਂ ਦੱਸਾਂਗੇ, ਖਾਲੀ ਪੋਸਟਾਂ ਦੱਸਾਂਗੇ, ਤੁਹਾਨੂੰ ਵਿਹਲੀਆਂ ਪਈਆਂ ਜ਼ਮੀਨਾਂ ਦੱਸਾਂਗੇ, ਖਾਲੀ ਜ਼ਮੀਨਾਂ ਦੱਸਾਂਗੇ, ਅਸੀਂ ਤੁਹਾਨੂੰ ਰੁਜ਼ਗਾਰ ਦਾ ਤਾਂ ਇੱਕ ਗੋਰੀ ਦੇ ਜਾਵਾਂਗੇ, ਇੱਕ ਫਾਰਮੂਲਾ ਦੇ ਦਿਆਂਗੇ, ਫਿਰ ਉਹ ਚੀਜ਼ ਜਿਹੜਾ ਸਮਝ ਲਏਗਾ ਜ਼ਿੰਦਗੀ 'ਚ ਕਦੀ ਬੇਰੁਜ਼ਗਾਰ ਨਹੀਂ ਹੋਊਗਾ। ਸਰਕਾਰਾਂ ਤਾਂ ਅੱਜ ਸ਼ਰਮੋ ਸ਼ਰਮੀ ਸਿਰਫ ਕੁੜੀ ਦੇ ਗਰਭ ਦੇ ਵਿੱਚ ਮਾਰੇ ਜਾਣ ਦੀ ਗੱਲ ਵਾਰ ਵਾਰ ਕਰ ਰਹੀਆਂ ਨੇ, ਟੀ ਵੀ 'ਤੇ ਗੱਲ ਦੁਹਰਾ ਰਹੀਆਂ ਨੇ। ਮੈਂ ਸਵਾਲ ਕਰਦਾ ਭਾਈ ਮੁੰਡੇ ਦੀ ਕਿਉਂ ਨਹੀਂ? ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਨੇ ਇੱਕ ਬੈਲੈਂਸ ਬਣਾਉਣਾ ਹੁੰਦਾ ਵੀ ਪੂਰੇ ਹਿੰਦੁਸਤਾਨ 'ਚ ਜੋ ਗਰੋਥ ਰੇਟ ਹੈ, ਵਾਧੇ ਦੀ ਦਰ ਹੈ, ਜੇ ਕਿਸੇ ਸੂਬੇ 'ਚ ਬਹੁਤ ਘੱਟ ਜਾਏ ਤਾਂ ਸਰਕਾਰਾਂ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਬੈਲੈਂਸ ਕਰ, ਇਕੁਲੀਬ੍ਰੀਅਮ ਯਾਨੀ ਇੱਕ ਲੈਵਲ ਬਣਾਉਣਾ ਹੁੰਦਾ। ਜੇ ਕਿਤੇ ਬਹੁਤ ਜ਼ਿਆਦਾ ਵੱਧ ਜਾਏ ਉੱਥੇ ਦਬਾਅ ਪਾਉਣਾ,
ਤੇ ਜਿੱਥੇ ਘੱਟ ਜਾਏ ਉਹਨੂੰ ਵਧਾਉਣਾ ਹੁੰਦਾ, ਪਰ ਜਾਣ ਬੁੱਝ ਕੇ ਸਰਕਾਰਾਂ ਜਿਹੜੀਆਂ ਇਹਦੇ 'ਤੇ ਚੁੱਪ ਬੈਠੀਆਂ ਨੇ, ਪੰਜਾਬ ਦਾ ਮਸਲਾ ਸਾਰਾ ਉਹਨਾਂ ਨੂੰ ਪਤਾ। ਫਿਰ ਅਗਲੀ ਜਿਹੜੀ ਗੱਲ ਹੈ ਵੀ ਕੁੜੀ ਨੂੰ ਵੀ ਜਿਹੜਾ ਗਰਭ 'ਚ ਮਾਰਿਆ ਜਾ ਰਿਹਾ ਉਹਦੇ 'ਤੇ ਬੜੀ ਦੁਹਾਈ ਦਿੰਦੀਆਂ ਨੇ। ਜੋ ਤੁਸੀਂ ਕਹੋਗੇ ਕਿ ਭਾਈ ਕਿਹੋ ਜਿਹੀ ਸੋਚ ਹੈ, ਮੇਰੇ ਆਪਣੇ ਵਿਚਾਰ ਨੇ, ਨਿੱਜੀ ਵਿਚਾਰ ਨੇ। ਮੈਂ ਸਮਝਦਾ ਜੇ ਕਿ ਜਿਹੜੀ ਕੁੜੀ ਦੇ ਮਤਲਬ ਹੰਝੂ ਵਹਾ ਰਹੇ ਨੇ ਨਾ, ਇਹਦੇ ਵਿੱਚ ਵੀ ਇਹਨਾਂ ਦੀ ਬੇਈਮਾਨੀ ਜੇ। ਪਰ ਇਹ ਮੇਰੀਆਂ ਗੱਲਾਂ ਸੁਣ ਕੇ ਕਿਤੇ ਢਹਿ ਢੇਰੀ ਨਾ ਹੋ ਜਾਇਓ। ਗੱਲ ਹੁੰਦੀ ਹੈ ਪ੍ਰਚਾਰ ਦੀ। ਭਾਈ ਸਰਕਾਰਾਂ ਨੇ ਪਿਛਲੇ 50 ਸਾਲ ਪ੍ਰਚਾਰ ਕੀਤਾ, ਸਾਨੂੰ ਬੇਵਕੂਫ ਬਣਾਇਆ, ਆਓ ਅਸੀਂ ਉਸੇ ਪ੍ਰਚਾਰ ਦੇ ਜ਼ਰੀਏ ਹੀ ਆਪਣੇ ਲੋਕਾਂ ਨੂੰ ਸੁਚੇਤ ਕਰ ਦਈਏ। ਅਤੇ ਮੇਰੀ ਗੱਲ ਯਾਦ ਰੱਖਿਓ, ਇਹ ਪੰਜਾਬ ਜਿਹੜਾ ਰਿਸ਼ੀਆਂ ਮੁੰਨੀਆਂ ਗੁਰੂਆਂ ਪੀਰਾਂ ਦੀ ਪਨੀਰੀ ਹੈ, ਗੁਰੂ ਨਾਨਕ ਦੀ ਇਹ ਪਨੀਰੀ ਇੱਥੇ ਪਣ ਡਈ ਹੈ। ਇਹ ਚੜ੍ਹਦੀ ਕਲਾ 'ਚ ਰਹਿੰਦੀ ਹੈ, ਪੰਜਾਬੀ ਲੋਕ ਚੜ੍ਹਦੀ ਕਲਾ 'ਚ ਰਹਿੰਦੇ ਨੇ, ਇਹਨਾਂ ਦੀ ਅਕਸਰਤ ਹੱਸਦੇ ਗਾਉਂਦੇ ਰਹਿੰਦੇ ਨੇ। ਬਸ ਜ਼ਰੂਰਤ ਹੈ ਤੁਹਾਨੂੰ ਸੁਚੇਤ ਕਰ ਦਿਓ, ਇਹ ਸੁਨੇਹਾ ਘਰ ਘਰ ਪਹੁੰਚਾ ਦਿਓ। ਤੁਸੀਂ ਦੇਖੋਗੇ ਤੁਹਾਡਾ ਪੰਜਾਬ ਫਿਰ ਲੜਾਈ ਲੈ ਕੇ ਉੱਪਰ ਉੱਠੂਗਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਲਾਉਂਦਾ ਜਾਊਗਾ, ਚੜ੍ਹਦੀ ਕਲਾ ਦਾ ਸੁਨੇਹਾ ਦੇਣਾ ਭਾਈ ਆਪਾਂ, ਤੇ ਦੇਖਣਾ ਇਹ 50 ਸਾਲਾਂ ਦੇ ਵਿੱਚ ਹੀ ਚਮਤਕਾਰ ਹੋ ਜਾਊਗਾ। ਜ਼ਿਆਦਾ ਬਾਲ ਮਾਪੇ ਖੁਸ਼ਹਾਲ, ਵੱਧ ਬੱਚੇ ਬਚੇ ਪੰਜਾਬ, ਸਮਝੋ ਮੇਰੀ ਰਮਜ ਜਨਾਬ। ਨਤੀਜਾ ਆਇਆ ਮਰਦਮਸ਼ੁਮਾਰੀ, ਕੌਮ ਦੀ ਸਾਫ ਦਿਸੇ ਖੁਆਰੀ, ਬੱਜੀ ਪੰਜਾਬ ਨੂੰ ਵੱਡੀ ਸੱਟ, ਬੱਚੇ ਪੈਦਾ ਹੁੰਦੇ ਇੱਥੇ ਘੱਟ, ਖਤਰਾ ਘੱਟ ਗਿਣਤੀ ਹੋ ਜਾਵਣ, ਵੱਧ ਬੱਚੇ।